ਅਸਲਾਮ ਅਲੈਕੁਮ ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਤੁਹਾਡੇ ਸਾਹਮਣੇ ਮੈਂ ਜ਼ਰਮਾਨਾ ਯੂਟਿਊਬ ਚੈਨਲ 'ਤੇ ਜਨਾਬ, ਅਤੇ ਮੈਂ ਇੱਥੇ ਸਾਡਾ ਮੇਲਾ ਲੱਗਾ ਹੋਇਆ ਜਨਾਬ ਪੀਰ ਸੁਲਤਾਨ ਸ਼ਾਹ ਬੁਖਾਰੀ ਸਾਹਿਬ ਦਾ, ਉੱਥੇ ਮੈਂ ਆਇਆ ਅਤੇ ਐਵੇਂ ਦਿਲ ਬਣ ਗਿਆ ਅਤੇ ਆ ਦੋ ਬੱਚੇ ਨੇ ਪਏ ਅਤੇ ਇਹ ਦੋ ਦੌੜੇ ਆਖਣਾ ਚਾਹੁੰਦੇ ਪਏ, ਇੱਕ ਇਦਲਾ ਖੂਹੇ ਇੱਕ ਉਦਲਾ ਖੂਹੇ, ਅਤੇ ਇਹਨਾਂ ਦੌੜਿਆਂ ਦੀ ਵੰਡ ਕਰਕੇ ਮੈਨੂੰ ਮੇਰੇ ਵੀਵਰਾਂ ਦੇਣੀ ਹੈ, ਜਿਹਦੇ ਨਾਲ ਮੇਰੇ ਭੈਣ ਭਾਈ ਮੈਨੂੰ ਵੇਖਣ ਵਾਲੇ ਉਹਨਾਂ ਹੱਕ ਨਹੀਂ ਰੱਖਣਾ ਦੋਵਾਂ ਦਾ, ਲੇਕਿਨ ਮੈਨੂੰ ਕਮੈਂਟ 'ਚ ਦੱਸਣਾ ਵੀ ਇਹਨਾਂ ਦੇ ਦੌੜੇ ਤੁਹਾਨੂੰ ਪਸੰਦ ਆਇਆ ਨਹੀਂ ਜਾਣੇ, ਅਗਰ ਤੁਸੀਂ ਕਮੈਂਟ ਮੈਨੂੰ ਦੱਸੋ ਤਾਂ ਮੈਂ ਉਸ ਤੋਂ ਬਾਅਦ ਤੁਹਾਨੂੰ ਅੱਗੇ ਦੌੜੇ ਹੋਰ ਦੱਸਾਂ, ਨਹੀਂ ਤਾਂ ਇਸ ਤੋਂ ਬਾਅਦ ਇਹਨਾਂ ਨੂੰ ਖਲਾਸ ਕਰ ਦਿੱਤਾ। ਹਾਂਜੀ, ਅੱਗਾਂ ਆ ਜਾਓ, ਨਜ਼ਦੀਕ ਆ ਜਾਓ ਬੱਚਾ। ਹਾਂ ਵੀ ਇੱਥੇ ਦੌੜੇ ਆਖੋ ਤੁਸੀਂ ਜੀ। ਹਾਂ ਮੇਰੀ ਜਾਨ ਹੋਰ ਉਸਨੇ ਨਾਲ ਗਰੀਬਾਂ ਦੇ ਸ਼ੁਦਾ ਤੇਰੀ ਆਸ ਤੇ ਜਿੰਦਾ ਹੀ ਹਯਾਤੀਆਂ ਦਿੱਤੇ ਜ਼ਖਮ ਜੁਦਾਈਆਂ ਦੇ ਸ਼ੁਦਾ ਵਖਰੇ ਬਹਿ ਕੇ ਸਿੰਦਾ ਹੀ ਆਹਾ ਜਦ ਯਾਦ ਗਰੀਬ ਦੀ ਆ ਜਾਵੀ ਉਹ ਵਖਰੇ ਜ਼ਹਿਰ ਦੇ ਪੀਂਦਾ ਮੇਰੇ ਜਾਨ ਸੰਤ ਰਹੀ ਜਰ ਮੁਕਾ ਛੱਡਿਆ ਲੋਕ ਕਹਿੰਦੇ ਚਰਸ ਪੀਂਦਾ ਹਾਏ 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 ਹਿਜਰ 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 ਦੇ ਬਾਰੇ ਜਨਾਬ। ਹਾਂਜੀ, ਤੁਸੀਂ ਕੀ ਆਖਣਾ ਚਾਹਦੇ ਹੋ? ਅਗੋਂ ਬਈ ਕਿਉਂ ਚੁੱਪ ਬੈਠਾ ਹੈ? ਵਾਹ ਬਾਰੀ ਤਾਲਾ, ਆ ਵੇਖ ਕਸ਼ਮੀਰ ਦਾ ਹਾਲ ਏ, ਵਿਣ ਜੁਰਮੂ ਵੀਰ ਪੇ ਕਸਦੇ ਨੀ, ਕਿਤਾ ਬਹਿਣ ਦੇ ਸ਼ਰਮ ਪੈ ਮਾਲ ਏ, ਜਿਨਾ ਬਾਲਾ ਬਸ ਖੇਡਣਾ ਹਾਂ ਉਹ ਬਣ ਗਏ ਲੁੱਟਦਾ ਮਾਲ ਏ, ਜਾਂ ਆਖ ਰੱਬਾ ਮੈਂ ਰੱਬ ਨਹੀਂ ਆ, ਜਾਂ ਕਰ ਕਸ਼ਮੀਰ ਖੁਸ਼ਹਾਲ। ਹਯਾਤੀਆਂ ਹਯਾਤੀਆਂ ਹਯਾਤ ਜਨਾਬ, ਉਹਨੇ ਕਸ਼ਮੀਰ ਦੇ ਬਾਰੇ ਆਖਿਆ, ਉਹ ਜ਼ਿਹਨ ਬੁਲੰਦ ਬਾਰੋ ਆਖਿਆ, ਯਾਨੀ ਕਿ ਉਹਦਾ ਹੋਰ ਮੁਸ਼ਰਤ ਆ, ਉਹਦਾ ਹੋਰ ਮੁਸ਼ਰਤ, ਲੇਕਿਨ ਦੋਵਾਂ ਦੀ ਵੰਡ ਕਰਕੇ ਤੁਸੀਂ ਮੈਨੂੰ ਦੱਸਣਾ ਕਮੈਂਟ ਲਾਭ ਹੀ ਹੋਵੇਗਾ ਜਨਾਬ।